ਔਰ ਮੈਨੂੰ ਸਟੇਟ ਸੈਕਟਰੀ ਸਾਹਿਬ ਜੀ ਵੱਲੋਂ ਨਿਰਮਲਾ ਜੀ ਵੱਲੋਂ ਹੁਕਮ ਹੋਇਆ ਹਰਦਰ ਸਾਹਿਬ ਜੀ ਦਾ ਗਾਇਨ ਕੀਤਾ ਹੋਇਆ ਇਹ ਸ਼ਬਦ ਸਰਵਣ ਕਰਾਉਣ ਲੱਗਾ। ਉਹ ਕਹਿੰਦੇ ਨੇ ਰਾਗ ਗੁਜਰੀ ਦੇ ਵਿੱਚ ਹੀ ਸੁਣਾਇਆ ਜੇ, ਸ਼ਬਦ ਤੇ ਰਾਗ ਗੁਜਰੀ ਦਾ ਨਹੀਂ ਗਾ, ਪਰ ਮੈਂ ਸੁਣਾਉਂਦਾ ਤੁਹਾਨੂੰ ਰਾਗ ਗੁਜਰੀ 'ਚ ਆ। ਦਿਨ ਸੁਣ ਕੇ ਪੁਰਾ ਸਮਝਤ ਨਹੀਂ ਰੇ ਨਿਸ ਦਿਨ ਸੁਣ ਕੇ ਪੁਰਾ ਸਮਝਤ ਨਹੀਂ ਰੇ ਕਾਲ ਤੋ ਪਹੁੰਚਾ ਕਹਾਂ ਜੈ ਭਾਗ ਰੇ ਵਿਰਾਜ
ਭਗਤ ਹੀਏਆ ਛੱਡ ਦੇ ਤੈ ਮਨ ਕੋਵਾ ਨਾਨਕ ਜਨੈ ਦੁਖਾਂ ਜਗ ਮੈਂ ਵਿਰਾਜ ਗੀਤ ਜੈ ਮੀਤ ਜੈ ਜਨ ਤਾਜ ਰੇ ਸ਼੍ਰੀ ਵਾਹਿਗੁਰੂ ਜੀ ਦਾ ਨਾਮ ਰਹਿਵੇ ਉਹ ਵੀ ਚੰਗਾ ਹੈ, ਗੁਰੂ ਕੀਰਤਨ ਕਰਦਿਆਂ ਹੋਇਆ ਟਾਈਮ ਰਹੇ ਉਹ ਵੀ ਚੰਗਾ ਹੈ। ਟਾਈਮ ਮੁਕਾ ਕੇ ਜੇ ਹਟੇ ਤਾਂ ਕੀ ਹਟੇ, ਟਾਈਮ ਰਹਿਣਾ ਚਾਹੀਦਾ ਔਰ ਉਸ ਟਾਈਮ ਨੂੰ ਸਦਾ ਯਾਦ ਰੱਖਣਾ ਹੈ ਕਿ ਅਸੀਂ ਪਹਿਲਾਂ ਇਸ ਸਮੇਂ ਵਿੱਚ ਕੀਰਤਨ ਕੀਤਾ ਸੀ। ਤੋ ਇਹ ਸ਼ਬਦ ਗੁਰੂ ਕੀ ਬਾਣੀ ਦਾ ਸਾਡੇ ਹਿਰਦੇ 'ਚ ਵੱਸ ਜਾਵੇ, ਸਾਡਾ ਭਲਾ ਹੋ ਜਾਵੇ, ਸਾਰੇ ਦੇਸ਼ ਵਿੱਚ ਇਹ ਬਾਣੀ ਸਰਬੱਤ ਸਾਧ ਸੰਗਤ ਦੇ ਹਿਰਦੇ 'ਚ ਵੱਸ ਜਾਵੇ ਅਤੇ ਸਰਵ ਦੇਸ਼ ਦਾ ਭਲਾ ਹੋ ਜਾਵੇ, ਸਾਰੀ ਦੁਨੀਆ ਦਾ ਭਲਾ ਹੋ ਜਾਵੇ। ਇਹ ਅਰਦਾਸ ਹੈ ਆਪ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਸ਼ਬਦ ਸਰਵਣ ਕੀਤਾ ਹੈ। ਰਾਮ ਭਗਤ ਹੀ ਏ ਆ ਛੱਡ ਦੇ ਤੇ ਮਨ ਕੋ ਮਾਰ, ਰਾਮ ਭਗਤ ਹੀ ਏ ਆ ਛੱਡ ਦੇ ਮਨ ਕੋ ਮਾਰ, ਆ ਆ ਆ ਆ ਰਾਮ ਭਗਤ ਹੀ ਏ ਆ ਛੱਡ ਦੇ ਤੇ ਮਨ ਕੋ ਮਾਰ, ਨਾਨਕ ਜਾਣੇ ਏ ਬਖਾਂ, ਨਾਨਕ ਜਾਣੇ ਇਹ ਬਖਾਂ, ਜਗ ਮੈਂ ਬਿਰਾਜ ਰੇ, ਜਗ ਮੈਂ ਬਿਰਾਜ ਰੇ, ਪੀਤ ਜੈ ਪੀਤ ਅਕਾਜ ਰੇ, ਪੀਤ ਜੈ ਪੀਤ ਜਨਮ ਅਕਾਜ, ਮੇਰੀਆਂ ਭੁੱਲਾਂ ਮੈਨੂੰ ਬਖਸ਼ ਦੇਣੀਆਂ, ਗਲਤੀਆਂ ਮੁਆਫ ਕਰ ਦੇਣੀਆਂ, ਗੁਰੂ ਕੇ ਬਚਨਾਂ ਨੂੰ ਆਪਣੇ ਹਿਰਦੇ ਵਸਾ ਲੈਣਾ ਅਤੇ ਭਲਾ ਹੋ ਜਾਏਗਾ। ਸਤਿਸੰਗ ਜੀ, ਇਸ ਬਾਣੀ ਨੂੰ ਨਾਲ ਆਪਣੇ ਲੈ ਜਾਣਾ ਅਤੇ ਸਦਾ ਯਾਦ ਰੱਖਣਾ, ਸ਼੍ਰੀ ਗੁਰੂ ਗਰੀਬ ਨਿਵਾਸ ਆਪ ਜੀ ਦਾ ਭਲਾ ਕਰਨਗੇ, ਸੁੱਖ ਹੋਏ ਨਾਮ ਚਿੱਤਾ ਹੈ। ਬੋਲੇ ਬੋਲੇ ਸੋ ਨਿਹਾਲ ਗੁਰਬਾਰ ਨਜ਼ਰੋ ਨਜ਼ਰ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, 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 ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਲਜੀਤ ਸਿੰਘ ਜੀ, ਨਿਰਮਲਾ ਜੀ ਜੋ ਇੰਗਲੈਂਡ ਤੋਂ UK ਤੋਂ ਆਉਂਦੇ ਨੇ, ਹਰ ਸਾਲ ਇੱਥੇ ਆਉਂਦੇ ਨੇ, ਔਰ ਸੰਤਾਂ ਜੀ ਜਿਨ੍ਹਾਂ ਦੀ ਮਿੱਠੀ ਯਾਦ ਆਪਾਂ ਮਨਾਉਂਦੇ ਹਾਂ, ਉਹਨਾਂ ਦੇ ਨਾਲ ਇਹਨਾਂ ਦਾ ਬੜਾ ਅੰਤਰਾਤਮਾ ਦਾ ਪਿਆਰ ਸੀ, ਔਰ ਮੇਰੇ ਨਾਲ ਵੀ ਉਹਨਾਂ ਸੰਤਾਂ ਦਾ ਬੜਾ ਪਿਆਰ ਸੀ। ਔਰ ਇਹ ਦਲਜੀਤ ਸਿੰਘ ਜੀ ਮੇਰੇ ਨਾਲੋਂ ਵੱਧ ਉਹਨਾਂ ਸੰਤਾਂ ਨਾਲ ਪਿਆਰ ਕਰਦੇ ਨੇ ਜੋ UK ਤੋਂ ਚੱਲ ਕੇ ਆਉਂਦੇ ਨੇ, ਔਰ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ ਕਿ ਉਹ ਕਹਿੰਦੇ ਨੇ ਕਿ ਤੁਹਾਡੇ ਤੋਂ ਬਿਨਾਂ ਤਾਂ ਸਮਾਗਮ ਨਹੀਂ ਕਰਨਾ, ਤੁਸੀਂ ਆਓਗੇ, ਕੀਰਤਨ ਸੁਣਾਓਗੇ ਅਤੇ ਅਸੀਂ ਸਮਾਗਮ ਕਰਾਂਗੇ। ਫਿਰ ਮੈਨੂੰ ਵੀ ਮੱਥਾ ਟੇਕਣਾ ਪੈਂਦਾ, ਸਤ ਵਚਨ ਕਹਿ ਕੇ ਮੈਂ ਤੁਹਾਡੇ ਦਰਸ਼ਨ ਕਰਨ ਆਉਣਾ। ਇਹ ਨਿਰਮਲਾ ਜੀ ਹਨ ਬੜੇ ਚੰਗੇ, ਬੜੇ ਪਿਆਰੇ ਗੁਰੂ ਕੇ ਕੀਰਤਨ ਦੇ ਰਸੀਏ ਸਾਧ ਸੰਗਤ ਜੀ। ਹੁਣ ਅਗਲਾ ਪ੍ਰੋਗਰਾਮ ਤੁਹਾਨੂੰ ਇਹ ਦੱਸਣਗੇ ਅਤੇ ਮੈਨੂੰ ਮਾਫ਼ ਕਰ ਦੇਣਾ, ਮੇਰੀ ਗਲਤੀਆਂ ਮਾਫ਼ ਕਰ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।